ਸਤਿ ਸ਼੍ਰੀ ਅਕਾਲ ਜੀ, ਐਸ ਦੇ ਵਲੋਗ ਵਿੱਚ ਤੁਹਾਡਾ ਸਵਾਗਤ ਹੈ। ਹੋਰ ਤੁਸੀਂ ਸਭ ਵਧੀਆ ਹੋ, ਖੁਸ਼ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ 'ਚ ਰਹੋ, ਇਹ ਰੱਬ ਅੱਗੇ ਅਰਦਾਸ ਕਰਦੇ ਹਾਂ ਜੀ, ਅਤੇ ਸਾਰੇ ਇਹੀ ਸਪੋਰਟ ਕਰਦੇ ਰਹੋ। ਲਓ ਜੀ, ਅੱਜ ਆਪਾਂ ਵਲੋਗ ਸਟਾਰਟ ਕਰ ਰਹੇ ਹਾਂ ਗਾਰਡਨ 'ਚੋਂ, ਅਤੇ ਮੈਨੂੰ 2-3 ਦਿਨ ਹੋ ਗਏ ਮੈਂ ਗਾਰਡਨ ਵਿੱਚ ਆਈ ਨਹੀਂ, ਕਿਉਂਕਿ ਮੈਨੂੰ ਬਹੁਤ ਜ਼ਿਆਦਾ ਡਰ ਲੱਗ ਰਿਹਾ ਸੀਗਾ। ਇਸ ਦਾ ਰੀਜ਼ਨ ਇਹ ਸੀ ਕਿ ਪਰਸੋਂ ਸ਼ਾਮ ਨੂੰ ਥੋੜ੍ਹਾ ਹਨੇਰਾ ਜਿਹਾ ਹੋ ਗਿਆ ਸੀਗਾ, ਜਦੋਂ ਰਾਜਿੰਦਰ ਇੱਧਰ ਹਾਤੇ ਵਿੱਚ ਗੇਟ ਖੋਲ੍ਹਿਆ ਆ ਕੇ, ਕਿਉਂਕਿ ਮੁਰਗਿਆਂ ਨੂੰ ਦਾਣਾ ਪਾਣੀ ਪਾਉਣਾ ਸੀਗਾ, ਤਾਂ ਬਹੁਤ ਸਾਰੀਆਂ ਡੇਮੂ ਮੱਖੀਆਂ ਜਿਹੜੀਆਂ ਉਹਨਾਂ 'ਤੇ ਆ ਕੇ ਡਿੱਗ ਗਈਆਂ, ਅਤੇ ਰੱਬ ਦਾ ਸ਼ੁਕਰ ਹੈ ਵੀ ਬਚਾਅ ਹੋ ਗਿਆ, ਲੜੀਆਂ ਨਹੀਂ। ਅਤੇ ਸਾਨੂੰ ਪਤਾ ਨਹੀਂ ਲੱਗਿਆ ਵੀ ਕਦੋਂ ਆ ਕੇ ਇੱਥੇ ਬੈਠੀਆਂ ਅਤੇ ਕਦੋਂ ਲੱਗੀਆਂ, ਪਤਾ ਨਹੀਂ ਕਿੱਥੋਂ ਉੱਡ ਕੇ ਆਈਆਂ। ਅਤੇ ਉਸ ਤੋਂ ਬਾਅਦ ਫਿਰ ਕਾਫੀ ਥੋੜ੍ਹੇ ਜਿਹੇ ਧੂਣੀ ਕੀਤੀ, ਨਿੰਮ ਦੀਆਂ ਪੱਤੀਆਂ ਪਾ ਕੇ, ਅਤੇ ਉਸ ਤੋਂ ਬਾਅਦ ਵੀ ਉੱਡੀਆਂ ਫਿਰਦੀਆਂ ਰਹੀਆਂ, ਅਤੇ ਕੱਲ੍ਹ ਵੀ ਕਾਫੀ ਉੱਡੀਆਂ ਫਿਰਦੀਆਂ ਸੀਗੀਆਂ। ਅਤੇ ਕੱਲ੍ਹ ਰਾਜਿੰਦਰ ਹੁਣੀ ਘਰ ਹੈ ਨਹੀਂ ਸੀਗੀ, ਫਿਰ ਮੈਂ ਆਈ ਨਹੀਂ ਗੀ। ਮੈਂ ਇੱਥੇ ਕੁਛ ਲੈਣ ਤਾਂ ਆਉਣਾ ਸੀ, ਪਰ ਮੈਨੂੰ ਤਾਂ ਡਰ ਲੱਗਦਾ ਸੀ, ਮੈਂ ਤਾਂ ਨਹੀਂ ਆਈ। ਅਤੇ ਮੈਂ ਇਹ ਸੋਚ ਰਹੀ ਸੀਗੀ ਕਿ ਉਹ ਪਰਸੋਂ ਮੈਂ ਦੁਪਹਿਰ ਨੂੰ ਇੱਥੇ ਆਉਣ ਦੀ ਸੋਚ ਰਹੀ ਸੀਗੀ, ਮੈਂ ਸ਼ਾਇਦ ਮੂਲੀਆਂ ਲੈ ਕੇ ਜਾਣੀਆਂ ਸੀਗੀਆਂ, ਪਰ ਮੇਰੇ ਤੋਂ ਆਇਆ ਨਹੀਂ ਗਿਆ, ਮੈਂ ਇਸ ਕਿਚਨ ਦੇ ਕੰਮ 'ਚ ਲੱਗੀ ਰਹੀ। ਅਤੇ ਜੇ ਮੰਨ ਲਓ ਮੈਂ ਆ ਜਾਂਦੀ, ਮੈਂ ਤਾਂ ਡਰ ਕੇ ਬੇਹੋਸ਼ ਹੀ ਹੋ ਜਾਣਾ ਸੀ, ਇੰਨੀਆਂ ਮੱਖੀਆਂ। ਰਾਜਵਿੰਦਰ ਤਾਂ ਛੇਤੀ ਛੇਤੀ ਘਰ ਭੱਜ ਗਏ, ਮੈਂ ਟਿਊਸ਼ਨ ਪੜ੍ਹਾ ਰਹੀ ਸੀਗੀ ਉਦੋਂ, ਅਤੇ ਦਬਦਬ ਉੱਥੇ ਚੱਲ ਗਏ, ਅਤੇ ਫਿਰ ਦਬਦਬ ਮੱਖੀਆਂ ਲਾਈਆਂ ਅਤੇ ਬਚਾਅ ਹੋ ਗਿਆ। ਅਤੇ ਹੁਣ ਇਸ ਕਰਕੇ ਇਹ ਜਿਹੜੀ ਗਲੋਬ ਲੱਗੀ ਹੋਈ ਹੈ ਨਾ, ਇਹ ਕਾਫੀ ਭਾਰੀ ਹੋ ਗਈ, ਅਤੇ ਗਲੋਬ 'ਤੇ ਆ ਕੇ ਬਹਿ ਗਏ ਸੀ, ਅਤੇ ਹੁਣ ਰਾਜਿੰਦਰ ਆਏ ਹੋਏ ਸੀਗੇ ਗਲੋਬ ਕੱਟਣ ਵਾਸਤੇ। ਇਹਨਾਂ ਨੇ ਖਾ ਜਾਣਾ ਸੀ ਨਾ, ਉਦੋਂ ਪਤਾ ਲੱਗਣਾ ਸੀਗਾ ਕਿੰਨੀਆਂ ਇੱਥੇ ਡੂਮਣਾ ਮੱਖੀਆਂ, ਜਿਹਨਾਂ ਨੂੰ ਅੱਗ ਬਾਲ ਕੇ ਧੂੜੀ ਬਾਲ ਕੇ ਭਜਾਇਆ ਫਿਰ ਇੱਥੇ। ਕਿੰਨੀਆਂ ਪਈਆਂ, ਬਹੁਤ ਜ਼ਿਆਦਾ। ਅਤੇ ਹੁਣ ਇਹ ਗਲੋਬ ਨੂੰ ਕੱਟ ਰਹੇ ਆ, ਗਲੋਬ ਦੀ ਵੇਲ ਆ ਜਿਹੜੀ ਕਾਫੀ ਭਾਰੀ ਹੋ ਗਈ, ਅਤੇ ਇਸ ਕਰਕੇ ਹੁਣ ਇਸ ਨੂੰ ਕੱਟ ਰਹੇ ਆ, ਕਿਉਂਕਿ ਮੱਖੀਆਂ ਇੱਥੇ ਆ ਕੇ ਬਹਿ ਗਈਆਂ ਸੀਗੀਆਂ ਤਾਂ ਕਰਕੇ। ਹੈਗਾ ਸੀਗਾ ਕੱਟਰ ਤਾਂ, ਮੇਰੀਆਂ ਹੀ ਆ। ਧਿਆਨ ਨਾ ਕਿਤੇ, ਹੁਣ ਤੇ ਨੀ ਬੈਠੀਆਂ ਹੋਣਗੀਆਂ। ਵੈਸੇ ਤਾਂ ਪੱਤੇ ਝੜ ਜਾਣੇ ਸੀਗੇ ਹੁਣ, ਪਰ ਮੱਖੀਆਂ ਨੇ ਕੰਮ ਖਰਾਬ ਕਰਤਾ। ਜਮਾਂ ਲਾ ਦੂੰਗੀ ਇੱਕ ਵਾਰੀ, ਫਿਰ ਫੁੱਟ ਆਊਗੀ, ਟਹਿਣੀਆਂ ਲੱਗ ਜਾਣਗੀਆਂ ਫਿਰ ਦੁਬਾਰਾ। ਕੀ ਖਾਣ ਪੀਣ ਬਦਲੇ ਚੱਲ ਰਹੀ ਲੜਾਈ ਇਹਨਾਂ ਦੇ ਵਿੱਚ, ਪਤਾ ਕੀ ਇਹਨਾਂ ਨੂੰ ਲੱਭ ਗਿਆ। ਅੱਛਾ, ਇਹਨਾਂ ਨੂੰ ਲਿਆ ਕੇ ਸਬਜ਼ੀਆਂ ਦੇ ਛਿਲਕੇ ਵਗੈਰਾ ਪਾਏ ਆ, ਅਤੇ ਉਹਨਾਂ ਬਦਲੇ ਲੜੀ ਜਾਂਦੇ, ਇਹ ਭੱਜੇ ਫਿਰਦੇ ਇੱਕ ਦੂਸਰੇ ਦੇ ਮਗਰ। ਭਾਰੀ ਵੀ ਵਾਹਵਾ ਹੋ ਗਈ ਸੀਗੀ ਹੁਣ, ਉਵੇਂ ਤਾਂ ਇਹਦੀ ਕਟਿੰਗ ਰਹਿ ਗਈ ਸੀਗੀ, ਹੁਣ ਤਾਂ ਅੱਜ ਤਾਂ ਕਰਨੀ ਪੈ ਗਈ। ਫਿਰ ਕਿਦੋਂ ਦੀਆਂ ਸਲਾਹਾਂ ਹੀ ਕਰੀ ਜਾਂਦੇ ਸੀਗੇ ਵੀ ਇਹਨੂੰ ਛਾਂਗਣਾ ਆ, ਕਿ ਬਹੁਤ ਜ਼ਿਆਦਾ ਭਾਰੀ ਹੋ ਗਈ। ਹੁਣ ਮੱਖੀਆਂ ਨੇ ਤਾਂ ਫਿਰ ਇਹਦਾ ਕਰਾ ਹੀ ਦਿੱਤਾ ਕੰਮ। ਕਾਟੋ ਇਹਦੇ ਵਿੱਚ ਰਹਿੰਦੀ ਹੈ, ਫਿਰ ਵਿਚਾਰੀ ਦਾ ਆ ਲੈਣਾ ਰਹਿ ਜੂਗਾ, ਉਨੀ ਕੁ ਜਗ੍ਹਾ ਛੱਡਦੇ ਆ ਨਾ। ਪੰਛੀਆਂ ਨੇ ਵੀ ਘਰ ਬਣਾਉਣੇ, ਜਾਨਵਰਾਂ ਨੇ ਵੀ ਆਪਦੇ ਇੱਥੇ ਬਣਾਉਣੇ ਹੁੰਦੇ। ਆ ਮਰੂਦਾ ਤੇ ਕੁੱਡੀ ਫਿਰਦੀ, ਕਿਤੇ ਇੱਥੇ ਤਾਂ ਨੀ ਬਣਾ ਲਿਆ ਨੇ ਮੱਖੀਆਂ, ਕਿਤੇ ਇੱਥੇ ਨਾ ਬਹਿ ਜਾਣ, ਮੁੜ ਕੇ ਸੰਘਣਾ ਜਿਹਾ ਹੈਗਾ ਆ। ਮੂਲੀਆਂ ਵੀ ਕਾਫੀ ਵੱਡੀਆਂ ਹੋ ਗਈਆਂ ਪੱਟਣ ਵਾਲੀਆਂ, ਇਹਦੇ ਜਿਵੇਂ ਵੱਟ ਤੇ ਉਹ ਲੈ ਟੁੱਟੀ ਗਈ, ਤਾਂ ਵੱਟ ਤੇ ਹੋਈ ਪਈ ਸੀਗੀ ਜਮੀ, ਇਸ ਸਾਈਡ ਤੇ ਆ। ਉਹ ਵੀ ਬਹੁਤ ਵੱਡੀ ਹੋਈ ਪਈ ਆ, ਬਾਕੀ ਤਾਂ ਲੱਗਦਾ ਛੋਟੀਆਂ ਹਜੇ।
ਦਾ ਰੌਲਾ ਪਾਈ ਜਾਂਦੀਆਂ ਜਿਵੇਂ ਚੋਰ ਵੜ ਗਏ ਹੁੰਦੇ ਇੱਥੇ ਆ ਕੇ ਬਹੁਤ ਰੌਲਾ ਪਾਉਂਦੀਆਂ ਇਹ ਅਤੇ ਇੱਧਰ ਹੁਣ ਜਮ੍ਹਾਂ ਹੀ ਇਹ ਇੱਧਰੋਂ ਲਾਹਤੀ ਆ ਬਾਹਰਲੀ ਸਾਈਡ ਤੋਂ ਵੀ ਕਰਤੀ ਬਸ ਇਨ ਸਾਰੀ ਛਾਂਕਤੀ ਇੱਧਰੋਂ ਕਿਉਂਕਿ ਇੱਥੇ ਆ ਕੇ ਬੈਠ ਗਈਆਂ ਸੀਗੀਆਂ ਤਾਂ ਫਿਰ ਜਦੋਂ ਇੱਕੋ ਦਮ ਇੱਧਰੋਂ ਗੇਟ ਖੋਲ੍ਹਿਆ ਤਾਂ ਉੱਤੇ ਡਿੱਗ ਗਈਆਂ ਅਤੇ ਇੱਥੇ ਹਜੇ ਵੀ ਉਹ ਮੱਖੀਆਂ ਜਿਹੜੇ ਸ਼ਹਿਦ ਵਾਲੀਆਂ ਮੱਖੀਆਂ ਉਹਨਾਂ ਦਾ ਹੈਗਾ ਇਸ ਕਰਕੇ ਇੰਨੇ ਕੁ ਪੱਤੇ ਛੱਡਤੇ ਹਜੇ ਆ ਦੇਖੋ ਮੱਖੀਆਂ ਉੱਡੀਆਂ ਫਿਰਦੀਆਂ ਹਜੇ ਵੀ ਬਸ ਗਰਮੀਆਂ 'ਚ ਸਹੀ ਕੀਤਾ ਸੀਗਾ ਹੁਣ ਫਿਰ ਇੱਥੇ ਖਲਾਰਾ ਪੈ ਜੂਗਾ ਹਜੇ ਤਾਂ ਪਤਾ ਲੱਗਦਾ ਆ ਬੰਦ ਤਾਂ ਕਾਹਤੋਂ ਪਾਣੀ ਦੀ ਲੋੜ ਰਹਿੰਦੀ ਹੈ ਗਰਮੀਆਂ ਦੇ ਵਿੱਚ ਬਹੁਤ ਜ਼ਰੂਰਤ ਰਹਿੰਦੀ ਹੈ ਨਹੀਂ ਹੁਣ ਐ ਨਹੀਂ ਪਤਾ ਨਾ ਕ੍ਰੈਕ ਹੈ ਕਿ ਜੋੜ ਲੀਕ ਹੈ ਕੀ ਹੈ ਇੱਥੋਂ ਖੁੱਲ ਜੂਗੀ ਪਸੇ ਪੈ ਪੈ ਗਾਉਂ ਹੈ ਤੇ ਗਾਉਂ ਲੀਕ ਇੱਥੋਂ ਇਹਨੂੰ ਕੱਟ ਕੇ ਅੱਛਾ ਬੰਦ ਕਰ ਦੋਗੇ ਇੱਧਰ ਕਨੈਕਸ਼ਨ ਕਰ ਦੋਗੇ ਚਲਾ ਵੀ ਠੀਕ ਹੈ ਫਿਰ ਸਾਰਾ ਨਾ ਪੱਟਣਾ ਪਊਗਾ ਨਾ ਇੱਕ ਪ੍ਰੋਬਲਮ ਸਹੀ ਨਹੀਂ ਹੁੰਦੀ ਦੂਜੀ ਤਿਆਰ ਹੋ ਜਾਂਦੀ ਇੱਧਰੋਂ ਪਾਣੀ ਲੀਕ ਹੋ ਕੇ ਪਹਿਲਾਂ ਇੱਥੇ ਜੋੜ ਲੀਕ ਸੀ ਪੈਪ ਦਾ ਉਹ ਸਹੀ ਕੀਤਾ ਗਰਮੀਆਂ ਦੇ ਵਿੱਚ ਹੁਣ ਇੱਧਰੋਂ ਪਤਾ ਨਹੀਂ ਕੋਈ ਪੈਪ ਟੁੱਟ ਗਈ ਕੀ ਹੋ ਗਿਆ ਮਿਲ ਗਈ ਪੈਪ ਮਿਲ ਗਈ ਛੇਤੀ ਮਿਲ ਗਈ ਮੈਂ ਕਿਹਾ ਵਾਹਵਾ ਡੂੰਘਾ ਕਿਤੇ ਫਿਰ ਇਹ ਤਾਂ ਹੀ ਤਾਂ ਇੰਨੀਆਂ ਉੱਚੀਆਂ ਪਾਈਆਂ ਭਾਰ ਆ ਜਾਂਦਾ ਟਰੈਕਟਰ ਵਗੈਰਾ ਆਉਂਦਾ ਤਾਂ ਦੋ ਪਈਆਂ ਇਹ ਇੱਕ ਤਾਂ ਦੂਜੀ ਗੋਬਰ ਗੈਸ ਵਾਲੀ ਸੀ ਲੋ ਗੋਬਰ ਗੈਸ ਵਾਲੀਆਂ ਪੈਪਾਂ ਜੇ ਇੱਥੇ ਤੁਰ ਗਈਆਂ ਫਿਰਦੀਆਂ ਉੱਥੇ ਸੀਗੇ ਪਹਿਲਾਂ ਵੀ ਸੀਗੀ ਇਹਦਾ ਆਰਾਮ ਨਾਲ ਬੈਠੀ ਇੱਥੇ ਹਾਏ ਮਾਣੋ ਭੱਜ ਗਈ ਨਵੀਂ ਪਾਈਪ ਲਿਆਂਦੀ ਨਵੀਂ ਪਾਈਪ ਲਾਉਣ ਦੀ ਤਿਆਰੀ ਕਰ ਰਹੇ ਸੀ ਕਾਲੀ ਪਤਲੀ ਬੱਚੇ ਚੁੱਪ ਹੋ ਜਾਓ ਇਹ ਦੇਖ ਇਹ ਆਪਣਾ ਕੰਮ ਕਰ ਰਿਹਾ ਇਹ ਦੇਖ ਲੱਗਿਆ ਕੰਮ ਕਰਨਾ ਬਸ ਕੇ ਇੱਕ ਚਾਂਟਾ ਪੜਾ ਅਬ ਨਹੀਂ ਹਿਲਤਾ ਠੀਕ ਹੈ ਆਗੇ ਕਰ ਚੇਰ ਆਗੇ ਕਰ ਲੈ ਸਟੈਚੂ ਬਣ ਗਿਆ ਹਾਂ ਆ ਜਾ ਕੁਰਸੀ ਆਗੇ ਕਰ ਲੈ ਬੇਟਾ ਆਗੇ ਕਰ ਬਹੁਤ ਅੱਛਾ ਕੰਮ ਕਰੇਗੀ ਇਹ ਤਾਂ ਬਹੁਤ ਅੱਛੀ ਹੈ ਇਹ ਵਿਗੜਾ ਹੋਇਆ ਇਸਕੋ ਸੁਧਾਰੇਂਗੇ ਅੱਛੇ ਸੇ ਅਬ ਕੰਮ ਕਰ ਰਿਹਾ ਹੈ ਹਾਂਜੀ ਗੱਲ ਕਰ ਰਹੇ ਸੀ ਨਾ ਕਿ ਰੱਬ ਦੀ ਮਰਜ਼ੀ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਉੱਡ ਸਕਦਾ ਅਤੇ ਉਸ ਦਿਨ ਐਂ ਹੋਇਆ ਸੀਗਾ ਵੀ ਜਦੋਂ ਮੱਖੀਆਂ ਉਡਾਤੀਆਂ ਅਤੇ ਰਾਜਿੰਦਰ ਨੂੰ ਐਂ ਬਹੁਤ ਵਿੱਚ ਬਹੁਤ ਫੀਲ ਜਿਹਾ ਹੋਇਆ ਕਹਿੰਦੇ ਵੀ ਆਪਾਂ ਪਾਪ ਕਰਤਾ ਵੀ ਮੱਖੀਆਂ ਕਿੰਨੀਆਂ ਮਰ ਗਈਆਂ ਕਿੰਨੀਆਂ ਉੱਡ ਗਈਆਂ ਵੀ ਬੈਠਣ ਵਾਸਤੇ ਆਈਆਂ ਸੀ ਉਹਨਾਂ ਨੇ ਘਰ ਬਣਾਉਣਾ ਸੀਗਾ ਫਿਰ ਅਸੀਂ ਸਾਰਿਆਂ ਨੇ ਕਿਹਾ ਵੀ ਜੇ ਆਪਾਂ ਨਾ ਉਹਨਾਂ ਨੂੰ ਉਡਾਉਂਦੇ ਤਾਂ ਉਹਨਾਂ ਨੇ ਇੱਥੇ ਹੀ ਘਰ ਬਣਾ ਕੇ ਬਹਿ ਜਾਣਾ ਸੀਗਾ ਔਰ ਆਪਾਂ ਦਿਨ ਰਾਤ ਉੱਥੇ ਜਾਣਾ ਹੁੰਦਾ ਅਤੇ ਫਿਰ ਕਿੰਨਾ ਔਖਾ ਹੋ ਜਾਣਾ ਸੀਗਾ ਅਤੇ ਵੀ ਇਹ ਤਾਂ ਰੱਬ ਦੀ ਮਰਜ਼ੀ ਵੀ ਕਿੱਥੋਂ ਉੱਡ ਕੇ ਆਈਆਂ ਆਪਾਂ ਨੂੰ ਪਤਾ ਨਹੀਂ ਆ ਕੇ ਇੱਥੇ ਬਹਿ ਗਈਆਂ ਵੀ ਆਪਦਾ ਘਰ ਬਣਾ ਰਹੀਆਂ ਸੀਗੀਆਂ ਵੀ ਇਹਨਾਂ ਦਾ ਦਾਣਾ ਪਾਣੀ ਇੱਥੇ ਨਹੀਂ ਲਿਖਿਆ ਸੀਗਾ ਅਤੇ ਉੱਡ ਗਈਆਂ ਅਤੇ ਕੁਛ ਮਰ ਵੀ ਗਈਆਂ ਧੂੰਏ ਦੇ ਨਾਲ ਅਤੇ ਇੱਦਾਂ ਤਾਂ ਵੀ ਇਹ ਜਿਹੜਾ ਨੇਚਰ ਹੈ ਇਹ 'ਚ ਚੱਲਦਾ ਹੀ ਰਹਿੰਦਾ ਆ ਅਤੇ ਰੱਬ ਦੀ ਮਰਜ਼ੀ ਤੋਂ ਬਗੈਰ ਤੋਂ ਕਹਿੰਦੇ ਹੁੰਦੇ ਪੱਤਾ ਵੀ ਨਹੀਂ ਉੱਡ ਸਕਦਾ ਅਤੇ ਇਸੇ ਤਰ੍ਹਾਂ ਹੋਇਆ ਅਤੇ ਜੇ ਉੱਥੇ ਬਹਿ ਜਾਂਦੀਆਂ ਫਿਰ ਸਾਨੂੰ ਦਿਨ ਰਾਤ ਡਰ ਰਹਿਣਾ ਸੀ ਕੁਲ ਦੇ ਬੱਚੇ ਵੀ ਲੰਘਦੇ ਆ ਵੱਡੇ ਵੀ ਲੰਘਦੇ ਆ ਫਿਰ ਡਰ ਰਹਿੰਦਾ ਸੀ ਵੀ ਕਿਤੇ ਉੱਡ ਜਾਂਦੀਆਂ ਅਤੇ ਫਿਰ ਕਿੰਨਾ ਵੀ ਨੁਕਸਾਨ ਵੀ ਹੁੰਦਾ ਨਾ ਅਤੇ ਇਹਨਾਂ ਦਾ ਜ਼ਹਿਰ ਵੀ ਬਹੁਤ ਜ਼ਿਆਦਾ ਹੁੰਦਾ ਆ ਅਤੇ ਚਲੋ ਜੀ ਹੁਣ ਆਪਾਂ ਕਰਦੇ ਹਾਂ ਵਲੋਗ ਦਾ ਐਂਡ ਅੱਜ ਵਾਲਾ ਵਲੋਗ ਤੁਹਾਨੂੰ ਥੋੜ੍ਹਾ ਜਿਹਾ ਵੀ ਪਸੰਦ ਆਇਆ ਹੋਇਆ ਤਾਂ ਲਾਈਕ ਦਾ ਬਟਨ ਜ਼ਰੂਰ ਦਬਾ ਦਿਓ ਜੀ ਅਤੇ ਠੀਕ ਹੈ ਜੀ ਮਿਲਦੇ ਹਾਂ ਨੈਕਸਟ ਵਲੋਗ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।